ਭਾਜੀ ਗੱਡੀ ਕੋਲ ਕਰਾ ਦਿੰਦੇ ਅਸੀਂ ਪਰਚਾ ਦੇ ਕੇ ਖਤਮ ਕਰ ਦਿਆਂਗੇ ਕੋਈ ਗੱਲ ਰਾਜ ਭਰ ਦੇ ਵਿੱਚ ਇੱਕ ਬੜੀ ਵੱਡੀ ਮੁਹਿੰਮ ਜਿਹੜੀ ਆ ਆਰੰਭੀ ਆ ਪੰਜਾਬ ਪੁਲਿਸ ਨੇ ਡਰੱਗਸ ਦੇ ਖਿਲਾਫ, ਜਿਹਦੇ ਤਹਿਤ ਹਰ ਗਲੀ ਹਰ ਮੁਹੱਲੇ ਹਰ ਪਿੰਡ ਦੇ ਵਿੱਚ ਜਾ ਕੇ ਕੋਸ਼ਿਸ਼ ਕਰ ਰਹੇ ਹੈਗੇ ਹਾਂ ਸਮਾਜ ਨੂੰ ਨਾਲ ਲੈ ਕੇ, ਉਹਨਾਂ ਸਾਰੀਆਂ ਔਰਗਨਾਈਜੇਸ਼ਨ ਨੂੰ ਨਾਲ ਲੈ ਕੇ ਕਿ ਡਰੱਗਸ ਦਾ ਜਿਹੜਾ ਹੈਗਾ ਖਾਤਮਾ ਕਰਨਾ ਜਿਹੜਾ ਹੈਗਾ ਉਹ ਮੇਨ ਮੁੱਦਾ ਇਸ ਟਾਈਮ ਅਸੀਂ ਬਣਾ ਰੱਖਿਆ ਹੈ। ਉਹਦੇ ਵਿੱਚ ਬੜਾ ਅੱਛਾ ਹੁੰਗਾਰਾ ਮਿਲਿਆ ਸਾਨੂੰ, ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਨੇ ਇਸ ਮਕਸਦ ਦੇ ਵਾਸਤੇ। ਔਰ ਇਹਦੇ ਨਾਲ ਨਾਲ ਪੈਰਲਲ ਜਿਹੜਾ ਓਫੈਂਸਿਵ ਡਰਾਈਵ ਹੈਗੀ ਆ ਸਾਡੀ ਉਹ ਵੀ ਚੱਲ ਰਹੀ ਹੈਗੀ ਆ, ਔਰ ਉਹਦੇ ਸਿੱਟੇ ਵਜੋਂ ਅੱਜ ਇੱਕ ਬੜੀ ਵੱਡੀ ਰਿਕਵਰੀ ਜਿਹੜੀ ਹੈਗੀ ਆ ਕਪੂਰਥਲਾ ਪੁਲਿਸ ਵੱਲੋਂ ਖਾਸ ਕਰਕੇ CIA ਸਟਾਫ ਵੱਲੋਂ ਕੀਤੀ ਗਈ ਹੈਗੀ ਆ, ਜਿਹਦੇ ਵਿੱਚ 6 ਕਿਲੋ ਹੈਰੋਇਨ ਜਿਹੜੀ ਕਿ ਦਿੱਲੀ ਦੇ ਰਾਹੋਂ ਇੱਥੇ ਪਹੁੰਚੀ ਸੀਗੀ, ਜਿਹੜੇ 2 ਵਿਅਕਤੀ ਲੈ ਕੇ ਆਏ ਉਹ, ਔਰ ਜਿਹਨਾਂ ਨੂੰ ਇਹ ਸਾਰੀ ਦੀ ਸਾਰੀ ਕੰਸਾਈਨਮੈਂਟ ਦਿੱਤੀ ਜਾਣੀ ਸੀ ਉਹ 3 ਵਿਅਕਤੀ ਜਿਹੜੇ ਹੈਗੇ ਆ ਲੋਕਲ ਏਰੀਏ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਉਹਨਾਂ ਦੇ ਕੋਲੋਂ 2 ਗੱਡੀਆਂ ਬਰਾਮਦ ਹੋਈਆਂ ਨੇ ਜਿਹਨਾਂ ਵਿੱਚ ਇਹ ਢੋਆ ਢੁਆਈ ਕੀਤੀ ਇਹਨਾਂ ਨੇ, ਔਰ ਉਸ ਤੋਂ ਇਲਾਵਾ 7 ਲੱਖ ਡਰੱਗ ਮਨੀ ਜਿਹੜੀ ਕਿ ਇਸ ਦੇ ਇਵਜ਼ ਵਿੱਚ ਦਿੱਲੀ ਜਾਣੀ ਸੀ ਉਹ ਜਿਹੜੀ ਹੈਗੀ ਆ ਉਹ ਰਿਕਵਰ ਹੋਈ ਹੈਗੀ। ਇਹ ਮੋਟੇ ਤੌਰ 'ਤੇ ਕੋਰੀਅਰਸ ਹੈਗੇ ਨੇ, ਔਰ ਇਹਨਾਂ ਦਾ ਉੱਥੇ ਕੋਈ ਸਰਗਨਾ ਹੈਗਾ ਜਿਹਦੇ ਮਗਰ ਅਸੀਂ ਹਲੇ ਲੱਗੇ ਹੋਏ ਹਾਂ। ਏਜ ਕਿੰਨੀ ਇਹਨਾਂ ਦੀ? ਕਿੰਨੀ ਏਜ? ਹਾਂਜੀ, ਰਫਲੀ 30-30 ਸਾਲ ਹੈਗੇ। ਸਰ, ਦਿੱਲੀ ਤੋਂ ਜਿਹੜੇ ਲੈ ਕੇ ਆਏ ਆ ਇਹ ਉੱਥੇ ਇਹਨੂੰ ਪ੍ਰੋਡਕਟ ਨੂੰ ਰੌ ਪ੍ਰੋਡਕਟ ਮੰਗਾ ਕੇ ਬਣਾਉਂਦੇ ਆ ਜਾਂ ਕਿਤੋਂ ਬਾਅਦ ਸਪਲਾਈ? ਇਹ ਹਲੇ ਅਸੀਂ ਤਫਤੀਸ਼ ਹਲੇ ਮੁੱਢਲੇ ਤੌਰ ਦੇ ਉੱਤੇ ਹੈਗੀ, ਰਿਕਵਰੀ ਹੋਈ ਆ, ਬਟ ਉਮੀਦ ਕੀਤੀ ਜਾਂਦੀ ਹੈ ਕਿ ਉੱਥੇ ਹੀ ਕਿਤੇ ਬਣਾਇਆ ਜਾਂਦਾ। ਇੱਕ ਪੰਕਜ ਵੈਦ ਮੁੰਡਾ ਸੀਗਾ ਜਿਹੜਾ ਸਪੈਸ਼ਲ ਸੈੱਲ ਨੇ ਰਿਕਵਰ ਕੀਤਾ ਸੀਗਾ, ਉਹਨੂੰ ਫੜਿਆ ਸੀ ਦਿੱਲੀ ਪੁਲਿਸ ਨੇ, ਉਹ ਪਿੱਛੇ ਦਿਨ ਬੀਤੇ ਦਿਨ ਨਾ ਜਮਾਨਤ 'ਤੇ ਆ, ਉਹਦੇ ਨਾਲ ਲਿੰਕ ਤਾਂ ਨਹੀਂ ਹੈਗਾ ਕਿਤੇ? ਹਲੇ ਮੁੱਢਲੀ ਸਟੇਜ ਦੇ ਉੱਪਰ ਇਹ ਕਹਿਣਾ ਕਿ ਕਿਹਦੇ ਨਾਲ ਲਿੰਕ ਹੈਗਾ, 1-2 ਦਿਨਾਂ ਦੇ ਵਿੱਚ ਸਾਰੇ ਦੀ ਸਾਰੀ ਡਿਟੇਲ ਤੁਹਾਨੂੰ ਅਸੀਂ ਦੱਸ ਦਿਆਂਗੇ। ਉਹਦੀ ਇੱਕ ਫੈਕਟਰੀ ਟਾਈਪ ਸੀਗੀ, ਰੌ ਮਟੀਰੀਅਲ ਅਫਗਾਨਿਸਤਾਨ ਤੋਂ ਮੰਗਾ ਕੇ ਉਹਨੂੰ ਮੈਂ ਬਣਾਉਂਦਾ ਸੀਗਾ ਜੀ। ਇਹ ਉਸੇ ਟਾਈਪ ਦਾ ਮਟੀਰੀਅਲ ਹੀ ਹੈ? ਮਟੀਰੀਅਲ ਉਸੇ ਟਾਈਪ ਦਾ, ਉਸੇ ਟਾਈਪ ਦਾ ਕਿ ਜਿਵੇਂ ਇੱਥੇ ਬਣਿਆ ਜੀ। SSP ਸਾਹਿਬ, ਜਿਹੜੇ ਬੰਦੇ 5 ਅਰੈਸਟ ਕੀਤੇ ਨੇ ਦਿੱਲੀ ਵਾਲੇ, ਇਹਨਾਂ ਦੀ ਕੋਈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਚ ਕੋਈ ਪਾਇਆ ਗਿਆ ਕਿ ਪਹਿਲਾਂ ਵੀ ਆਲਰੇਡੀ ਇਹ ਕੰਮ ਕਰ ਰਹੇ, ਕਦੋਂ ਦੇ ਕਰ ਰਹੇ ਪਏ, ਜਿਹੜੇ 3 ਫੜੇ ਨੇ ਜਿਹੜੇ ਉੱਥੋਂ ਆਏ ਨੇ, ਇਹ ਉਹਨਾਂ ਦਾ ਪਹਿਲੀ ਕੰਸਾਈਨਮੈਂਟ ਨਹੀਂ ਹੈਗੀ, ਇਸ ਤੋਂ ਪਹਿਲਾਂ ਵੀ ਆ ਚੁੱਕੇ ਨੇ। ਜਿਹੜੇ ਲੋਕਲ ਬੰਦੇ ਅਸੀਂ ਗ੍ਰਿਫਤਾਰ ਕੀਤੇ ਨੇ ਉਹਨਾਂ ਵਿੱਚੋਂ ਇਹ ਇੱਕ ਫੈਮਿਲੀ ਹੀ ਹੈ, ਪਰਿਵਾਰ ਹੀ ਹੈ,
ਔਰ ਇੱਕ ਜਿਹੜਾ ਮੇਨ ਬੰਦਾ ਹੈਗਾ ਉਹਦੇ ਖਿਲਾਫ 22 ਮੁਕੱਦਮੇ ਦਰਜ ਔਰ ਹੁਣ ਵੀ ਰੀਸੈਂਟਲੀ 9.5 ਸਾਲ ਬਾਅਦ ਜੇਲ੍ਹ ਕੱਟ ਕੇ ਬਾਹਰ ਆਇਆ NDPS ਮੈਂ ਨਾਂ ਤਾਂ ਨਹੀਂ ਲੈ ਰਿਹਾ ਕਿ ਆਈ ਡੋਂਟ ਵਾਂਟ ਟੂ ਨੇਮ ਐਨੀਬਾਡੀ ਫੋਰ ਦੈਟ ਰੀਜ਼ਨ ਦੈਟ ਇਜ਼ ਅ ਪਾਰਟ ਆਫ ਦ ਇਨਵੈਸਟੀਗੇਸ਼ਨ ਕੋਈ ਨਹੀਂ ਪ੍ਰੈਸ ਨੋਟ ਚ ਦਿੱਤਾ ਜੀ ਮੈਂ ਇਹੀ ਦੱਸਿਆ ਕਿ 22 ਕੇਸਿਸ ਉਸਦੇ ਬੱਚੇ ਦੇ ਉੱਪਰ 5 ਮੁਕੱਦਮੇ ਦਰਜ ਨੇ ਨਾਲ ਦੇ ਜਿਹੜੇ ਉਹਨਾਂ ਉੱਪਰ ਵੀ ਮੁਕੱਦਮੇ ਦਰਜ ਨੇ ਰਾਦਰ ਇੱਥੋਂ ਤੱਕ ਕਿ ਇਹ NDPS ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜਿਹੜੀ ਕੋਈ ਚੀਜ਼ ਤੁਸੀਂ ਡਰੱਗ ਮਨੀ ਦੇ ਵਿੱਚੋਂ ਬਣਾਈ ਹੁੰਦੀ ਆ ਉਹਨੂੰ ਫੋਰਫੀਚਰ ਕੀਤਾ ਜਾ ਸਕਦਾ ਹੈਗਾ ਜਦੋਂ ਬੰਦੇ ਨੂੰ ਕਨਵਿਕਸ਼ਨ ਹੋ ਜਾਂਦੀ ਹੈ ਔਰ ਇਹਨਾਂ ਦੀਆਂ ਜਿਹੜੀਆਂ ਜਾਇਦਾਦ ਹੈਗੀਆਂ ਨੇ ਉਹ ਪਹਿਲਾਂ ਹੀ ਸੀਜ਼ ਹੋਈਆਂ ਹੋਈਆਂ ਨੇ ਔਰ ਪ੍ਰੋਸੀਡ ਚੱਲ ਰਿਹਾ ਅੱਗੇ ਉਹਨਾਂ ਨੂੰ ਫੋਰਫੀਚਰ ਕਰਨ ਦਾ ਉਹਨਾਂ ਦੇ ਘਰ ਵਗੈਰਾ ਹੈਗੇ ਨੇ ਸਰ ਇੱਕ ਚੀਜ਼ ਤੁਸੀਂ ਦੱਸੀ ਕਿ ਪਰਿਵਾਰ ਇੱਕੋ ਹੀ ਹੈ ਜਿਹੜੇ ਇੱਥੇ ਦੇ 3 ਬੰਦੇ ਉਹ ਇੱਕ ਪਰਿਵਾਰ ਦੇ ਆ ਜਾਂ ਦਿੱਲੀ ਵਾਲੇ ਇੱਥੇ ਵਾਲੇ ਪੰਜਾਬ ਵਾਲੇ ਤਾਂ ਦਿੱਲੀ ਵਾਲੇ ਵੀ ਦੋ ਉਹ ਇੱਕੋ ਸਕੇ ਭਰਾ ਨੇ ਉਹ ਵੀ ਸਕੇ ਭਰਾ ਨੇ ਇੱਕੋ ਪਰਿਵਾਰ ਦੇ